ਨਸ਼ਾ ਕਿਉਂ ਕਰਦੇ ਜੀ ਤੁਸੀਂ? ਮੈਨੂੰ ਨਹੀਂ ਪਤਾ। ਨਹੀਂ ਤੁਹਾਨੂੰ ਬੰਨਿਆ ਕਿਉਂ ਹੋਇਆ? ਮੈਂ ਬੋਲਣਾ ਕੁਛ ਨਹੀਂ ਆ। ਨਹੀਂ ਕਾਹਦੇ ਵਾਸਤੇ ਤੁਸੀਂ ਨਸ਼ਾ ਕਰਦੇ, ਤੁਹਾਨੂੰ ਬਰਦਾਸ਼ਤ ਨਹੀਂ ਹੁੰਦਾ? ਕਿੰਨੀ ਦੇਰ ਤੋਂ ਕਰ ਰਹੇ ਜੀ? 5-6 ਸਾਲ। 5-6 ਸਾਲ ਤੋਂ ਕਰਦੇ ਜੀ? ਕਦ ਆਦਤ ਕਿਸ ਤਰ੍ਹਾਂ ਪਈ ਤੁਹਾਨੂੰ? ਚੰਡੀਗੜ੍ਹ ਵਿੱਚ ਨਸ਼ੇ ਦੀ ਆਦਤ ਪਈ ਸੀ ਤੁਹਾਨੂੰ, ਤਾਂ ਕਿੰਨੇ ਦਾ ਨਸ਼ਾ ਰੋਜ਼ ਦਾ ਕਰ ਲੈਂਦੇ ਹੁੰਦੇ ਸੀ? ਹੁਣ ਤੇ ਨਹੀਂ, ਪਰ ਪਹਿਲਾਂ ਕੋਈ ਲਿਮਿਟ ਨਹੀਂ ਸੀ। ਤੇ ਪਰਿਵਾਰ ਤੁਹਾਡਾ ਦੁਖੀ ਹੋਣਾ ਵਾ ਨਸ਼ਾ ਜਦੋਂ ਤੁਸੀਂ ਕਰਦੇ ਤੇ ਦੁੱਖ ਲੱਗਦਾ ਉਹਨਾਂ ਨੂੰ? ਦੁਖੀ ਆ ਤਾਂ ਵੱਧਦਾ ਵਾ। ਦੱਸ ਪਰਿਵਾਰ ਨੇ ਕਿੰਨੀ ਦੇਰ ਤੋਂ ਬੰਦ ਬੰਨ ਕੇ ਰੱਖਿਆ ਤੁਹਾਨੂੰ? ਹਫ਼ਤਾ ਹੋ ਗਿਆ ਬੰਨ ਕੇ ਰੱਖਿਆ। ਕਿਉਂ ਬੰਨਿਆ ਤੁਸੀਂ? ਜਾਂਦੇ ਭੱਜ ਜਾਂਦੇ ਜੇ ਤੂੰ? ਭੱਜ ਨਹੀਂ ਆਉਂਦੀ, ਮੈਂ ਲਾ ਲੈਂਦੀ ਸਮਾਨ ਲਾ ਲੈਂਦੇ ਜੇ। ਕਿੰਨੇ ਦਾ ਰੋਜ਼ ਦਾ ਸਮਾਨ ਲੱਗ ਜਾਂਦਾ ਹੁਣ ਤੁਹਾਡਾ ਇਸ ਵੇਲੇ ਜੇ ਬੰਨ ਕੇ ਵੀ ਕਿਤੋਂ ਕਿਤੋਂ ਤੁਸੀਂ ਲੈ ਹੀ ਲੈਂਦੇ ਜੇ? ਨਹੀਂ ਹੁਣ ਤਾਂ ਨਹੀਂ, ਹੁਣ ਤਾਂ 500-600 ਦਾ ਜ਼ਿਆਦਾ ਨਹੀਂ। 500-600 ਦਾ ਰੋਜ਼ ਦਾ? ਅਤੇ ਪੈਸੇ ਕਿੱਥੋਂ ਆਉਂਦੇ? ਪੈਸੇ ਕਿੱਥੋਂ ਆਉਂਦੇ? ਇਹਨਾਂ ਤੋਂ ਲੈਂਦੀ ਹੋਰ ਹੁਣ ਤਾਂ ਇਹਨਾਂ ਕੋਈ ਲੈਣੀ ਆ। ਬਾਂਹ ਦੇ ਵਿੱਚ ਕਹਿੰਦੇ ਸੂਈ ਤੁਹਾਡੇ ਫਸ ਗਈ ਸੀ, ਕਿੱਥੇ ਬਾਂਹ ਦਿਖਾਇਓ ਜਰਾ। ਵਿਖਾਈ ਦੇ ਰਹੀ ਸੰਗਲਾਂ ਨਾਲ ਜਕੜੀ ਹੋਈ ਇਹ ਲੜਕੀ ਕੋਈ ਚੋਰ ਨਹੀਂ ਅਤੇ ਨਾ ਹੀ ਕੋਈ ਮੁਜਰਮ ਹੈ, ਸਗੋਂ ਇਸ ਲੜਕੀ ਨੂੰ ਮਾਂ ਨੇ ਆਪਣੇ ਸੀਨੇ 'ਤੇ ਪੱਥਰ ਰੱਖ ਕੇ ਇਸ ਕਰਕੇ ਬੰਨਿਆ ਹੋਇਆ ਕਿ ਲੜਕੀ ਨੂੰ ਨਸ਼ੇ ਦੀ ਲੱਤ ਲੱਗੀ ਹੋਈ ਹੈ, ਜਿਸ ਕਾਰਨ ਕਿਤੇ ਹੋਰ ਵੱਸ ਨਾ ਚੱਲਦਾ ਵੇਖ ਇਸ ਲੜਕੀ ਦੀ ਮਾਂ ਨੇ ਇਸ ਨੂੰ ਨਸ਼ੇ ਤੋਂ ਰੋਕਣ ਲਈ ਸੰਗਲਾਂ ਨਾਲ ਬੰਨ ਕੇ ਰੱਖਿਆ ਹੈ। ਕਿਵੇਂ ਇਸ ਲੜਕੀ ਨੂੰ ਲੱਗੀ ਨਸ਼ੇ ਦੀ ਇਸ ਭੈੜੀ ਲੱਤ ਬਾਰੇ ਅਸੀਂ ਤੁਹਾਨੂੰ ਇਸ ਲੜਕੀ ਦੇ ਮੂੰਹੋਂ ਹੀ ਸੁਣਾਉਂਦੇ ਹਾਂ ਕਿ ਕਿਵੇਂ ਇਸ ਨਸ਼ੇ ਦਾ ਆਦੀ ਹੋ ਗਈ। ਸੰਗਲਾਂ ਕਿਉਂ ਬੰਨੀਆਂ? ਕਿਉਂਕਿ ਮੈਂ ਡਰੱਗਸ ਲੈਂਦੀ ਹਾਂ। ਕਿੰਨੀ ਡਰੱਗਸ ਲੈਣ ਦੇ ਰੋਜ਼ ਦੀ? ਹੁਣ ਤਾਂ ਬਹੁਤ ਘੱਟ ਲੈਂਦੀ ਹਾਂ। ਪਹਿਲੇ ਕਿੰਨੀ ਲੈਂਦੇ? ਪਹਿਲਾਂ ਤਾਂ ਦਿਨ 'ਚ 2-3 ਗ੍ਰਾਮ ਲੈ ਲੈਂਦੀ ਸੀ। ਕਿੰਨੇ ਦੀ? ਉਹ 3-4 ਹਜ਼ਾਰ ਦੀ ਲੈਂਦੀ ਸੀ। ਅਤੇ ਹੁਣ ਤਲਬ ਲੱਗਦੀ ਹੈ ਜਦੋਂ ਨਹੀਂ ਮਿਲਦਾ ਕੁਛ? ਬਹੁਤ ਜ਼ਿਆਦਾ। ਕੀ ਦਿਲ ਕਰਦਾ ਜਦੋਂ ਤਲਬ ਲੱਗਦੀ ਹੈ? ਮਰਨ ਦਾ ਹੀ ਕਰਦਾ ਹੈ ਹੋਰ ਕੁਛ। ਕੀ ਮੰਗ ਕਰਦੇ ਸਰਕਾਰਾਂ ਕੋਲ ਵੀ? ਮੇਰਾ ਇਲਾਜ ਕਰਾਉਣਾ ਚਾਹੁੰਦੇ ਸੀ ਤੁਸੀਂ? ਹਾਂਜੀ। ਸਹੀ ਹੋਣਾ ਚਾਹੁੰਦੇ? ਚੰਗੀ ਹੋਸਪਿਟਲ? ਮੈਂ ਚਾਹੁੰਦੀ ਅੱਛੀ ਮੈਡੀਸਿਨ ਹੋਵੇ ਜਿਹਦੇ ਨਾਲ ਮੈਨੂੰ ਕੋਈ ਤਕਲੀਫ ਨਾ ਹੋਵੇ ਔਰ ਮੈਂ ਛੱਡ ਦਾਂ। ਅੱਛੀ ਮੈਡੀਸਿਨ ਚਾਹੁੰਦੇ ਜੀ? ਹਾਂਜੀ। ਅਤੇ ਹੁਣ ਜੇ ਤੁਹਾਨੂੰ ਤਲਬ ਹੁੰਦੀ ਫਿਰ ਕਿਸ ਤਰ੍ਹਾਂ ਦੀ ਗੁਜ਼ਾਰਾ ਕਰਦੇ ਜੀ ਆਪਣਾ? ਹੁਣ ਵੀ ਦਵਾਈਆਂ ਖਾ ਕੇ ਕਰ ਰਹੀ ਹਾਂ। ਪਰਿਵਾਰ ਲੈ ਕੇ ਦਿੰਦੇ ਦਵਾਈਆਂ? ਹੈਲਪ ਕਰਦਾ ਵਾ? ਹਾਂਜੀ, ਮੰਮੀ ਹੈਲਪ ਕਰਦੇ ਜ਼ਿਆਦਾਤਰ। ਕਿੰਨੀ ਦੇਰ ਤੋਂ ਸੰਗਲਾਂ ਬਣੀਆਂ? ਹਫ਼ਤੇ। ਹਫ਼ਤਾ ਹੋ ਗਿਆ। ਭੱਜ ਜਾਂਦੇ ਜੀ ਜਦੋਂ ਖੋਲ ਦਿੰਦੇ? ਭੱਜ ਨਹੀਂ ਜਾਂਦੀ, ਕਹਿਣ ਦਾ ਮਤਲਬ ਮੈਂ ਨਸ਼ਾ ਲੈਣ ਜਦੋਂ ਤਰਬ ਲੱਗਦੀ ਵੀ ਕਿਤੇ ਨਾ ਕਿਤੇ ਜਾਣਾ ਪੈਂਦਾ। ਨਸ਼ੇ ਦੀ ਇਸ ਭੈੜੀ ਦਲਦਲ 'ਚ ਫਸੀ ਇਸ ਲੜਕੀ ਦੀ ਮਾਂ ਦਾ ਕਹਿਣਾ ਕਿ ਸਰਕਾਰਾਂ ਵੋਟਾਂ ਲੈ ਕੇ ਚਲੀਆਂ ਜਾਂਦੀਆਂ ਨੇ ਪਰ ਨਸ਼ੇ ਨੂੰ ਬੰਦ ਕਰਨ ਲਈ ਕੋਈ ਉਪਰਾਲਾ ਨਹੀਂ ਕਰਦੀਆਂ। ਜੀ ਕੀ ਕਹਿਣਾ ਚਾਹੁੰਦੇ ਜੀ? ਅਸੀਂ ਕਹਿਣਾ ਚਾਹੁੰਦੇ ਹਾਂ ਵੀ ਚਾਹ ਤਾਂ ਫਿਰ ਇਹਨੂੰ ਜੇਲ੍ਹ ਲਾ ਜਾਓ ਅਤੇ ਚਾਹੇ ਮਰ ਜਾਵੇ ਅਤੇ ਚਾਹੇ ਨਸ਼ਾ ਛੱਡ ਦੇ। ਅਸੀਂ ਆਹ ਗੱਲ ਕਹਿੰਦੇ ਹਾਂ ਵੀ ਸਰਕਾਰ ਨੇ ਤਾਂ ਸਾਡੀ ਕੋਈ ਮਦਦ ਨਹੀਂ ਕੀਤੀ। ਸੰਗਲਾਂ ਨਾਲ ਬੰਨ ਕੇ ਰੱਖਿਆ ਹੋਇਆ ਵਾ, ਕੀ ਕਰੀਏ? ਰਾਤ ਸਾਰੀ ਰਾਤ ਜਾਗ ਕੇ ਕੱਟਦੇ ਹਾਂ, ਕਦੀ ਉਹਨੂੰ ਬਾਥਰੂਮ ਆਉਂਦਾ ਲੀਆਂ ਫਿਰਦੀਆਂ, ਪੱਟੀ ਪੋਟੀ ਕਰਾਈਦੀ ਆ, ਬਾਥਰੂਮ ਕਰਾਈਦਾ, ਕਦੀ ਉਹਨੂੰ ਦਵਾਈਆਂ ਦੇਈ ਦੀਆਂ। ਕੀ ਕਰੀਏ? ਮੈਂ ਕੀ ਕਰਾਂ? ਸਾਰੀ ਸਾਰੀ ਰਾਤ ਮੈਂ ਨੀਂਦਰਿਆ ਨਾਲ, ਕਈ ਵਾਰ ਮੈਨੂੰ ਚੱਕਰ ਆ ਕੇ ਡਿੱਗ ਪੈਂਦੀ ਨੀਂਦਰੇ ਦੇ ਨਾਲ। ਹੁਣ ਕੀ ਕਰਾਂ ਮੈਂ? ਸਰਕਾਰ ਸਾਡੀ ਹਰ ਵਾਰੀ ਸਰਕਾਰ ਨੂੰ ਵੋਟਾਂ ਪਾਈਦੀਆਂ, ਕੁੜੀਆਂ ਦੀਆਂ ਵੋਟਾਂ, ਮੁੰਡਿਆਂ ਦੀਆਂ ਵੋਟਾਂ, ਆਪਣੀਆਂ ਸਰਕਾਰ ਨੂੰ ਪਾਈਦੀਆਂ ਆਪਣੇ ਫਾਇਦੇ ਵਾਸਤੇ। ਜੇ ਸਾਡਾ ਸਰਕਾਰ ਕੋਲ ਸੋਚੂ ਨਾ ਤਾਂ ਫਿਰ ਅਸੀਂ ਗਾਂ ਅੱਗੇ ਤੋਂ ਵੋਟਾਂ ਨਹੀਂ ਪਾਉਣਾ। ਕਿੰਨੀ ਦੇਰ ਤੋਂ ਨਸ਼ਾ ਕਰ ਰਹੀ ਕੁੜੀ? ਇਹ ਕੁੜੀ ਨੂੰ 5 ਸਾਲ ਹੋ ਗਏ ਸੀ। 5-6 ਸਾਲ ਪੈਸੇ ਕਿੱਥੋਂ ਲੈ ਕੇ ਆਉਂਦੀ ਹੈ? ਪੈਸੇ ਬਥੇਰਾ ਕੁਛ ਦਿਖਾ ਗਾ ਅਸੀਂ,
ਵੇਚ ਵੱਟ ਦਿੱਤਾ। ਹੁਣ ਕਦੀ ਤੇਰੇ ਤਰਲੇ ਲੈ, ਕਦੀ ਮੇਰੇ ਲੈ, ਕਦੀ ਕੋਈ ਚੀਜ਼ ਵੇਚਦੇ, ਕਦੀ ਕਿਸੇ ਨੂੰ ਆਤਾ ਲਿਆ, ਮੈਂ ਤੈਨੂੰ ਲਿਆ ਦਿੰਦੀ ਹਾਂ, ਫਲਾਨਾ ਵੇਚਦਾ ਹੀ, ਉਹਦੇ 'ਚ ਮਾਸਾ ਕੱਢ ਲਿਆ। ਮੰਗ ਕੀ ਕਰਦੇ ਸਰਕਾਰਾਂ ਕੋਲ ਤੁਸੀਂ? ਸਰਕਾਰਾਂ ਕੋਲ ਅਸੀਂ ਇਹ ਮੰਗ ਕਰਦੇ ਹਾਂ ਅਤੇ ਆਹ ਜਿਹੜੀਆਂ ਕੁੜੀਆਂ ਨਸ਼ੇ ਕਰਦੀਆਂ ਇਹ ਫੱਬਦੀਆਂ ਨਹੀਂ ਆ, ਕੁੜੀਆਂ ਦਾ ਇਲਾਜ ਹੋਣਾ ਚਾਹੀਦਾ ਅੰਮ੍ਰਿਤਸਰ ਦੇ ਵਿੱਚ, ਇਹਨਾਂ ਨੇ ਵੱਖਰਾ ਸੈਂਟਰ ਹੋਣਾ ਚਾਹੀਦਾ ਮੁੰਡਿਆਂ ਤੋਂ ਇਲਾਵਾ। ਖਬਰ ਮੀਡੀਆ 'ਚ ਆਉਣ ਤੋਂ ਬਾਅਦ ਪ੍ਰਸ਼ਾਸਨ ਦੀ ਵੀ ਨੀਂਦ ਖੁੱਲ੍ਹੀ ਜਾਪਦੀ ਹੈ ਅਤੇ ਹੁਣ ਪ੍ਰਸ਼ਾਸਨ ਇਸ ਲੜਕੀ ਦਾ ਇਲਾਜ ਕਰਵਾਉਣ ਦੀ ਗੱਲ ਆਖ ਰਿਹਾ। ਦੇਖੀ ਜੈਸੇ ਆਪਣੇ ਵੀ ਬਤਾਇਆ ਕਿ ਇੱਕ ਲੜਕੀ ਹੈ ਉਸਕੋ ਜ਼ੰਜੀਰ ਮੇਂ ਬਾਂਧ ਕੇ ਘਰ ਮੇਂ ਰੱਖਾ ਹੁਆ ਹੈ ਔਰ ਕਹਾ ਜਾ ਰਿਹਾ ਹੈ ਕਿ ਉਹ ਨਸ਼ੇ ਕੀ ਆਦਤ ਹੈ, ਇਸ ਕਾਰਨ ਸੇ ਉਸਕੋ ਇਸ ਤਰ੍ਹਾਂ ਘਰ ਮੇਂ ਬਾਂਧ ਕੇ ਰੱਖਾ ਹੁਆ ਹੈ। ਤੋ ਇਸਮੇਂ ਦੋ ਚੀਜ਼ਾਂ ਆਤੀ ਹੈ, ਪਹਿਲੀ ਵਾਰ ਤੋ ਕਿਸੀ ਵੀ ਇਨਸਾਨ ਕੋ ਇਸ ਤਰ੍ਹਾਂ ਜ਼ੰਜੀਰੋਂ ਮੇਂ ਬਾਂਧ ਕੇ ਘਰ ਮੇਂ ਆਪ ਡਿਟੇਨ ਨਹੀਂ ਕਰ ਸਕਤੇ। ਤੋ ਹਮਾਰੇ ਜੋ ਲਾਅ ਹੈ CRPC ਹੈ ਉਸਮੇਂ ਵੀ ਇੱਕ ਪ੍ਰੋਵੀਜ਼ਨ ਹੈ ਕਿ ਅਗਰ ਕਿਸੀ ਕੋ ਇਸ ਤਰ੍ਹਾਂ ਇਲੀਗਲੀ ਡਿਟੇਨ ਕੀਆ ਹੁਆ ਹੈ ਤੋ ਮਜਿਸਟ੍ਰੇਟ ਕੇ ਆਰਡਰ ਸੇ ਉਸਕੋ ਛੁਡਵਾਇਆ ਵੀ ਜਾ ਸਕਤਾ ਹੈ। ਔਰ ਸੈਕਿੰਡ ਜੋ ਉਸਕਾ ਕਾਰਨ ਬਤਾਇਆ ਜਾ ਰਿਹਾ ਕਿ ਉਹ ਨਸ਼ੇ ਕੀ ਆਦਤ ਹੈ, ਉਸਕੇ ਲੀਏ ਵੀ ਹਮਾਰੇ ਜ਼ਿਲ੍ਹੇ ਮੇਂ ਕਾਫੀ ਸਰਕਾਰੀ ਔਰ ਗੈਰ ਸਰਕਾਰੀ ਨਿਜੀ ਜੋ ਡੀ ਐਡਿਕਸ਼ਨ ਔਰ ਰੀਹੈਬਿਲੀਟੇਸ਼ਨ ਸੈਂਟਰ ਕੰਮ ਕਰ ਰਹੇ ਹੈ, ਕਈ NGOs ਕੰਮ ਕਰ ਰਹੀ ਹੈ। ਤੋ ਹਮ ਜੈਸੇ ਆਪਣੇ ਅਭੀ ਕੇਸ ਕੇ ਬਾਰੇ ਮੇਂ ਬਤਾਇਆ ਤੋ ਉਸਕੇ ਬਾਰੇ ਮੇਂ ਔਰ ਡਿਟੇਲਸ ਜਾਣ ਕਰ ਇਨ ਸਾਰੇ ਸੈਂਟਰ ਸੇ ਉਨਕਾ ਇਲਾਜ ਕਰਵਾ ਸਕਤੇ ਹੈਂ, ਉਸਕੀ ਫੈਮਿਲੀ ਕੀ ਕਾਉਂਸਲਿੰਗ ਕਰ ਸਕਤੇ ਹੈਂ ਕਿ ਅਗਰ ਕਿਸੀ ਕੋ ਨਸ਼ੇ ਕੀ ਆਦਤ ਪੜ ਗਈ ਹੈ ਤੋ ਉਸਕੋ ਇਸ ਤਰ੍ਹਾਂ ਸੇ ਬਾਂਧ ਕੇ ਨਹੀਂ ਰੱਖਣਾ ਚਾਹੀਏ, ਉਸਕਾ ਇਲਾਜ ਕਰਵਾਉਣਾ ਚਾਹੀਏ। ਤੋ ਇਹ ਕਰਵਾ ਦਿਆ ਜਾਏਗਾ ਜੀ ਪ੍ਰਸ਼ਾਸਨ ਦੀ ਤਰਫ ਸੇ। ਪੰਜਾਬ ਨੂੰ ਲੱਗੇ ਇਸ ਨਸ਼ੇ ਦੇ ਕੋੜ ਨੇ ਘਰਾਂ ਦੇ ਘਰ ਬਰਬਾਦ ਕਰਕੇ ਰੱਖ ਦਿੱਤੇ ਨੇ, ਪਰ ਸਰਕਾਰਾਂ ਨਸ਼ੇ ਨੂੰ ਬੰਦ ਤਾਂ ਛੱਡੋ ਘੱਟ ਕਰਨ 'ਚ ਵੀ ਨਾਕਾਮ ਹੁੰਦੀਆਂ ਦਿਖਾਈ ਦੇ ਰਹੀਆਂ ਨੇ। ਪਰ ਹੁਣ ਬੇਵੱਸ ਹੋਏ ਮਾਪਿਆਂ ਵੱਲੋਂ ਆਪਣੀਆਂ ਔਲਾਦਾਂ ਨੂੰ ਬਚਾਉਣ ਲਈ ਇਸ ਲੜਕੀ ਦੀ ਤਰ੍ਹਾਂ ਘਰਾਂ 'ਚ ਸੰਗਲਾਂ ਨਾਲ ਬੰਨ ਕੇ ਰੱਖਿਆ ਜਾ ਰਿਹਾ। ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ।